बिस्मिल्लाहिर्रहमानिर्रहीम, अस्सलाम वालेकुम वरहमतुल्लाहि वबरकातुहू। की हाल चाल है दोस्तों, मैं ਤੁਹਾਡਾ ਵੀਰ ਮਿਸਤਰੀ ਅਸਾਂ ਤੇ ਤੁਸੀਂ ਦੇਖਦੇ ਪਏ ਮੇਰਾ YouTube ਚੈਨਲ। ਤੁਹਾਨੂੰ ਸਭ ਨੂੰ ਆਪਣੇ ਵਲੌਗ 'ਚ ਖੁਸ਼ਾਮਦੀਦ ਕਹਿੰਦਾ। ਅੱਲਾਹ ਪਾਕ ਦੀ ਰਹਿਮਤ, ਫਜ਼ਲ, ਕਰਮ, ਸ਼ੁਕਰ ਕੇ ਸਾਥ ਅੱਜ ਕਾ ਵਲੌਗ ਸ਼ੁਰੂ ਕਰਤੇ ਹੈ। ਜੁਮੇਤੁਲ ਮੁਬਾਰਕ ਦਾ ਦਿਨ ਹੈ, ਜਨਾਬ ਅਲੀ ਅੱਜ ਵਿਹਲੇ ਘਰ ਛੁੱਟੀ ਕੀਤੀ ਹੈ। ਭਾਈ ਇਰਫਾਨ ਕਹਿੰਦਾ ਮੈਂ ਜਾਣਾ ਅੱਡੇ 'ਤੇ ਸੋਲਰ ਪਲੇਟ ਲੈਣ, ਅਤੇ ਆ ਮੇਰੇ ਨਾਲ ਸੋਲਰ ਪਲੇਟ ਲੈਣ ਚੱਲੀਏ, ਬਾਹਰ ਨਿਕਲ ਕੇ ਖੜ੍ਹਾ, ਅਤੇ ਆ ਜਾਓ ਫਿਰ ਚੱਲੀਏ ਅੱਡੇ 'ਤੇ। ਕੀ ਹਾਲ ਹੈ? ਅਸਲਾਮ ਵਾਲੇਕੁਮ ਮੌਲਵੀ ਸਾਹਿਬ, ਕੀ ਹਾਲ ਹੈ ਜਨਾਬ? ਠੀਕ ਹੋ? ਵਧੀਆ। ਹਾਂਜੀ ਜਨਾਬ ਅਲੀ, ਸਭ ਤੋਂ ਪਹਿਲਾਂ ਤਾਂ ਆਏ ਬਿਸਮਿਲਾ ਵਾਲਿਆਂ ਦੇ ਕੋਲ, ਅਤੇ ਇੱਥੋਂ ਦੇਖੀਏ ਜੀ ਆਹ ਪਲੇਟ, ਇਹ ਐੱਮ ਜੀ ਕੰਪਨੀ ਦੀ ਸੋਲਰ ਪਲੇਟ ਹੈ, 1500 ਵਾਟ ਦੀ, ਅਤੇ ਮਤਲਬ ਇਹਦੀ ਕਰੰਟ ਕਢਾਇਆ ਵਧਾਏ ਉਸ ਚੀਜ਼ ਦੀ ਗਰੰਟੀ ਹੈ, ਬਕਾਇਆ ਕਿਸੇ ਚੀਜ਼ ਦੀ ਕੋਈ ਗਰੰਟੀ ਨਹੀਂ, ਟੁੱਟ ਜੇ ਜਾਂ ਕਿੱਦਾਂ ਕੋਈ ਮਸਲਾ। ਹਾਂ, ਹੁਣ ਮੌਲਵੀ ਸਾਹਿਬ ਆਉਂਦੇ ਨੇ, ਆ ਜਾਓ ਚੱਲੀਏ ਅਗਲੀ ਦੁਕਾਨ 'ਤੇ, ਅਤੇ ਉੱਥੋਂ ਵੀ ਪਤਾ ਕਰੀਏ, ਫਿਰ ਦੇਖਦੇ ਹਾਂ ਕੋਈ ਹਿਸਾਬ ਕਿਤਾਬ ਲੱਗਦਾ। ਹੁਣ ਜਨਾਬ ਵਾਲੇ ਆਏ ਹਾਂ ਜੀ ਹਾਫਜ਼ ਬਿਜਲੀ ਦੀ ਦੁਕਾਨ, ਇੱਥੇ ਝੰਗ ਰੋਡ 'ਤੇ ਨਵੇਂ ਰੋਡ ਦੇ ਵਿੱਚ, ਉਹਨਾਂ ਦੇ ਕੋਲ ਇੱਕ ਪਲੇਟ ਆ ਦੇਖੀਏ 10,500 ਦੀ ਦੱਸਦੇ ਨੇ, ਅਤੇ ਇੱਕ ਹੋਰ ਭਾਈ ਹੋਰੀ ਅੱਗੇ ਦੇਖਣ ਦੇ ਨੇ, ਆ ਜਾਓ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਸਾਈਡ ਮਾਰੇ ਨਾ 180 ਵਾਟ ਵਗੈਰਾ ਲਿਖਿਆ ਹੈ। ਅੱਛਾ ਜੀ, ਇਹ ਇਹ 12 ਦੀ? ਹਾਂਜੀ 12 ਦੀ ਮਾਨ। ਇਹਦੇ ਕੀ ਵਾਟ ਹੈ? 180 ਉਹ ਜਿਹੜੀ ਹੈ 150 150 ਵਾਲਾ 180 ਕਿਹਾ ਕਿ ਸੇਲ ਕਰਦੇ, ਸਟicker ਸਟੁਕਰ ਲੱਗਾ ਹੁੰਦਾ 180 ਵਾਟ ਦਾ। ਅੱਛਾ ਅੱਛਾ, 에어 ਕੂਲਰ ਤੇ ਆਪਣਾ ਪੰਪ ਉਂਗਲੀਆਂ ਵਿੱਚ ਲੱਗਾ ਹੀ ਹੁੰਦਾ ਜਿਹੜਾ, ਮਤਲਬ ਕਿਹੜਾ ਪੰਪ? ਕਿਹੜਾ ਛੋਟਾ 12 ਵਾਲਾ? ਹਾਂ ਚੱਲੇਗਾ ਇਹਨਾਂ ਦੇ। ਇੱਕ ਪਲੇਟ ਚਲਾਉਂਦੀ ਕਿ ਦੋ? ਇੱਕ ਪਲੇਟ ਚਲਾਉਂਦੀ ਆ, ਪੰਪ ਜਿਹੜਾ ਦੂਸਰਾ ਨਾ 12 ਵੋਲਟ ਵਾਲਾ ਉਹ 2 ਪਲੇਟਾਂ ਚਲਾਉਂਦੀਆਂ ਵਾ। ਅੱਛਾ, ਉਹ ਤੇ ਉਹ ਵੀ 2 ਚਲਾ ਜਾਂਦੀਆਂ ਵਾਲ, ਉਹ ਦੂਸਰੇ ਕਹਿੰਦੇ ਉਹ ਬਾਅਦ ਦਾ ਸਵੇਰ ਟਾਈਮ ਖਰਾਬ ਕਰਦੀ ਥੋੜੀ ਜਿਹੀ ਸਵੇਰ ਟਾਈਮ। ਠੀਕ ਹੈ, ਜਦੋਂ ਧੁੱਪ ਘੱਟ ਹੁੰਦੀ। ਹਾਂਜੀ ਹਾਂਜੀ ਹਾਂਜੀ, ਸਹੀ। ਇਹ ਕਹਿੰਦੇ ਨਹੀਂ ਫੇ ਖਰਾਬ ਕਰਦੀ ਆ, ਨਾਲ ਵਾਲੇ ਨੇ ਕਈ ਦਫਾ ਸੇਲ ਕੀਤੀਆਂ ਵਾ। ਠੀਕ, ਉਹ ਚੀਜ਼ ਤੇ ਕੰਮ ਕਰਦੇ 8 ਰੁਪਏ ਜੀ ਕਿਤੇ, ਪਰ 3 ਪਲੇਟਾਂ ਲਾਉਣੀਆਂ ਪੈਂਦੀਆਂ। ਹਾਂਜੀ ਹਾਂਜੀ, ਫਿਰ ਮਤਲਬ ਬਾਅਦ ਚ ਤੇ ਪੈਰ ਆ ਭਾਈ ਦੋ ਚਾਹੀ। ਸੈੱਲ ਜਰਮਨ ਵਾਲਿਆਂ ਦੀ ਪੈਕ ਕਰਾ ਲਈਏ, ਮੈਂ ਗਿਆ ਸੀ ਬੱਚਿਆਂ ਦੇ ਪੈਂਪਰ ਲੈਣ, ਉਹ ਵੀ ਲੈ ਕੇ ਆ ਗਏ ਆ, ਹੁਣ ਵਾਪਸੀ ਚੱਲੀਏ ਘਰ ਨੂੰ। ਸੈੱਲ ਜਰਮਨ ਵਾਲਿਆਂ ਦੀ ਲੱਦ ਲਈਏ ਤੇ ਜਾਏ ਹੁਣ ਘਰ ਨੂੰ। ਮੌਲਵੀ ਟੋਕਾ ਭਜਾਈ ਜਾਂਦਾ ਮੋਟਰ, ਉਹ ਕਿੰਨੇ ਦਿਨਾਂ ਬਾਅਦ ਆਈ ਨਿਕਲਿਆ ਮੌਲਵੀ ਟੋਕਾ ਮੂੰਹ ਚੋਂ, ਉਹ ਉੱਤੋਂ ਜ਼ੋਰ ਮਾਰਦੀ ਪਿਛਾ ਨੂੰ, ਇੱਥੋਂ ਮੈਂ ਹੱਥ ਤੱਕ ਸ਼ੀਸ਼ਾ ਦਿਖਾ। ਸੋਲਰ ਪਲੇਟ ਲੈ ਕੇ ਤੇ ਘਰ ਆ ਗਏ, ਇਹਦਾ ਆਪਦੇ ਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ। ਆਹ ਸਾਰੇ ਜਿਹੜੇ ਨੇ ਨਾ ਸੋਚ ਸੁੱਚ ਇਹ ਸਿੱਧੇ ਕਰਕੇ ਲਾਉਣ ਡੇ ਆ, ਸਾਰੇ ਲਾ ਕੇ ਚਲਾ ਕੇ ਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਫਿਰ ਕੋਈ ਨਹੀਂ, ਠੀਕ ਹੈ, ਉਹਨਾਂ ਚਿਕਰ ਇੰਤਜ਼ਾਰ ਕਰੋ ਤੁਸੀਂ। ਅੱਛਾ, ਜਿਵੇਂ ਆਹ ਬੰਦਾ ਬੈਠਾ ਲੰਮੇ ਪੈ ਕੇ ਇੰਤਜ਼ਾਰ ਕਰੇ, ਰੋਜ਼ਾ ਚ ਰੋਜ਼ਾ ਨਹੀਂ ਰੱਖਿਆ ਤੇ ਹੁਣ ਰੋਜ਼ਾ ਲੱਗਾ ਤੈਨੂੰ ਨਵਾਬ ਨੂੰ। ਲਓ ਜੀ ਜਨਾਬ ਵਾਲੀ, ਧੁੱਪ ਥੋੜ੍ਹੀ ਜਿਹੀ ਚੜ੍ਹੀ ਹੈ ਅਤੇ ਪਲੇਟ ਜਿਹੜੀ ਹੈ ਨਾ ਲੰਮੇ ਪਾਤੀ ਹੈ, ਤਾਰਾਂ ਸ਼ਾਰਾਂ ਸਾਰੇ ਜੋੜ ਸਿੱਧੇ ਕਰਕੇ ਜਨਾਬ ਵਾਲੀ ਆ ਵੇਖੋ। ਹਾਏ 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 ਹਾਏ, ਕਿਆ ਬਾਤ ਹੈ, ਸਹੀ ਹਵਾ ਆਉਣ ਡਈ ਯਾਰ, ਵੀਡੀਓ ਦੇ ਵਿੱਚ ਵੀ ਆਉਂਦੀ ਹੋਣੀ ਛਾਂ ਛਾਂ।
ਹੈਂ ਵਾਲ ਮੇਰੇ ਉੱਡਦੇ ਨੇ। ਧੁੱਪ ਹੈ ਲੇਕਿਨ ਧੁੱਪ ਵੀ ਅਜੇ ਨਾਰਮਲ ਆ, ਵੇਖੋ ਨਾਲ ਹੀ ਝੜ ਹੋਇਆ ਤੇ ਮਤਲਬ ਉਹ ਪੱਖੇ ਦੀ ਅੰਦਰ ਸਪੀਡ ਘੱਟ ਗਈ ਹੈ। ਉਹ ਜ਼ਿੰਦਾਬਾਦ, ਉਹ ਜ਼ਿੰਦਾਬਾਦ ਮੁੰਡਿਆ, ਮਠਿਆਈ ਲਿਆਂਦੀ ਆ, ਕਿਆ ਬਾਤ ਏ। ਇਹ ਜੀ ਆ ਸਾਡੀ ਨਾ ਗਾਈ ਸੂਈ ਏ, ਉਹਨੇ ਦਿੱਤਾ ਵੱਛਾ ਤੇ ਇਹ ਬੋਲੀ ਜਿਹੜੀ ਹੈ ਨਾ ਸੁੱਕੀ ਬਣਾ ਕੇ ਰੱਖੀ ਮੁੰਡਿਆਂ ਨੇ। ਬਿਸਮਿਲ੍ਲਾ ਰਹਿਮਾਨ ਰਹੀਮ। ਕੱਪੜੇ ਛੱਪੜੇ ਚੇਂਜ ਕਰ ਲਏ ਨੇ, ਟਾਈਮ ਹੋ ਗਿਆ ਪੂਰੇ ਆਸਟਮ ਨਾਲ 1:15 ਦਾ। ਨਾਲੇ ਤੇ ਰਸਤੇ ਤੇ ਜਾਂਦੇ ਆ ਜੁਮਾ ਪੜਨਾ ਤੇ ਨਾਲੇ ਚੱਲੇ ਆ ਜੀ ਅਹਿਮਦ ਨੂੰ, ਆਇਸ਼ਾ ਨੂੰ ਇਹਦੀ ਨਾਨੋਕਿਆਂ ਦੇ ਕੋਲ ਛੱਡਣ। ਇਹ ਕਹਿੰਦੇ ਨੇ ਅਸੀਂ ਕੋਈ 15-20 ਦਿਨ ਰਹਿਣੇ ਨੇ। ਮੈਂ ਕਿਹਾ ਰਹੋ ਰਹੋ 2-3 ਮਹੀਨੇ ਰਹੋ, ਮੇਰੀ ਜਾਨ ਛੱਡੋ। ਹੈ ਅਹਿਮਦ ਨਾਨੋ ਕੋਲ ਜਾਣਾ? ਉਹ ਰਾਤੀ ਮੇਰੀ ਪਰੀ ਨਹੀਂ ਸੀ ਤਾਰ ਹੋਈ ਆ, ਹੁਣ ਤੂੰ ਤਾਂ ਗੰਦਾ ਛੂਟ ਪਾਇਆ ਰਾਤ ਵਾਲਾ ਜੀ। ਨਹੀਂ ਇਹਨੇ ਦੁਬਾਰੇ ਧੋ ਕੇ ਪਾਇਆ ਇਹਦੀ ਮਾਮਾ ਨੇ ਇਹਨੂੰ, ਤੇ ਮੇਰੀ ਕਾਕੀ ਦਾ ਝੂਠ ਹੀ ਨਵਾਂ। ਚਲੋ ਫਿਰ ਚੱਲੀਏ, ਚੱਲੀਏ, ਚਲੋ ਫਿਰ, ਚਲੋ ਚਲੋ ਮੋਟਰਸਾਈਕਲ ਤੇ ਪਵੋ, ਚਲੋ 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 ਚਲੋ, ਅੱਲਾ ਹਾਫਿਜ਼ ਨੀ, ਅੱਲਾ ਹਾਫਿਜ਼ ਅੱਗੇ ਜਾ ਕਰਾਂਗੇ। ਲਓ ਜੀ ਜਨਾਬੇ ਵਾਲੇ ਤਾਲਾ ਮਾਰਤਾ ਘਰੋਂ ਤੁਰਨ ਲੱਗੇ ਆ। ਹਵਾ ਬੜੀ ਤੇਜ਼ ਵਗਣ ਡਈ, ਘੱਟੇ ਮਿੱਟੀ ਵਾਲੀ ਹਵਾ। ਚੱਲੇ ਆ ਸਫ਼ਰ ਤੇ, ਹਵਾ ਕਾਫੀ ਤੇਜ਼ ਵਗਣ ਲੱਗ ਪਈ ਇੱਦਾਂ ਦੀ। ਚਲੋ ਕੋਈ ਨਹੀਂ, ਅੱਲਾ ਵਾਰਸ, ਬਿਸਮਿਲ੍ਲਾ ਪੜ ਕੇ ਨਿਕਲੀ ਆ। ਮੈਂ ਤੇ ਸਿਰ ਤੇ ਸਾਫਾ ਬੰਨ ਲਿਆ, ਇਹਨਾਂ ਕੋਲੋਂ ਲਾ ਲਈ ਕੋਈ ਘੱਟੇ ਤੋਂ ਬਚੀ ਆ ਜਾ ਸਕਿਆ। ਅੱਜ ਤੇ ਇੱਦਾਂ ਦੀ ਹਵਾ ਤੇ ਗੁਬਾਰ ਦੇ ਕੇ ਸਰਦੀ ਵਾਲਾ ਵੀ ਯਾਦ ਆਉਣ ਲੱਗ, ਕਿਉਂਕਿ ਉੱਥੇ ਜਦੋਂ ਗੁਬਾਰ ਹਨੇਰੀ ਚੱਲਦੀ ਹੁੰਦੀ ਸੀ ਨਾ, ਇੱਧਰ ਹਨੇਰੀ ਕਹੀਦਾ ਪਾਕਿਸਤਾਨ ਦੇ, ਸਾਊਦੀ ਅਰਬ ਕਹੀਦਾ ਸੀ ਗਬਾਰ, ਜਦੋਂ ਉੱਧਰ ਇਸ ਤਰ੍ਹਾਂ ਦੀ ਗਬਾਰ ਹਨੇਰੀ ਚੱਲਦੀ ਸੀ ਅਤੇ ਇਹੀ ਸਿਚੁਏਸ਼ਨ ਹੁੰਦੀ ਸੀ ਜਿਸ ਤਰ੍ਹਾਂ ਅੱਜ ਇੱਥੇ ਪਾਕਿਸਤਾਨ ਬਣੀ ਪਈ ਹੈ। ਇਸ ਤੋਂ ਅੱਜ ਹਨੇਰੀ ਵੇਖ ਕੇ ਨਾ ਸਾਊਦੀਆ ਯਾਦ ਆ ਗਿਆ। ਦੋਸਤੋ ਪਹੁੰਚ ਆਏ ਆਪਣੇ ਸਹੁਰਿਆਂ ਦੇ ਘਰ, ਵਾਈਫ ਨੂੰ ਅਤੇ ਬੱਚਿਆਂ ਨੂੰ ਛੱਡਤਾ ਘਰ। ਮੈਂ ਚੱਲਾਂ ਹੁਣ ਜੁੰਮਾ ਪੜ੍ਹਨ, 1:50 ਹੋ ਗਏ ਨਾ, 2 ਵਜੇ ਜੁੰਮਾ ਤਕਰੀਬਨ ਹੋ ਗਿਆ ਜੁੰਮਾ ਕਿ ਨਹੀਂ। ਮਦਰ ਭਾਈ ਜੁੰਮਾ ਪੜ੍ਹ ਕੇ ਆ ਗਿਆ ਐਲੇ ਦੀ 7:30, ਤੇ ਮੈਂ ਸੁਣੀ ਵਾਲੀ 'ਚ ਭੱਜ ਕੇ ਪੜ੍ਹਾਂ ਵਾਂ, ਕਿਉਂਕਿ ਮੈਂ ਹੈ ਵੀ ਸੁਣੀ ਆ ਅਲਹਮਦੁਲਿਲਾ। ਕਿਉਂ ਰੱਬ ਦੀ ਰਾਤ ਦੇਣੀ, ਗਰੀਬ ਨੂੰ ਇਸ ਤਰ੍ਹਾਂ ਦੇਣੇ ਨੇ, ਫਕੀਰ ਨੂੰ ਇਸ ਤਰ੍ਹਾਂ ਦੇਣੇ ਨੇ, ਅਗਰ ਕਿਸੇ ਨੇ ਆਪਣੀ ਬੇਟੀ ਜਾਂ ਬਹਿਣ ਨੂੰ ਦੇਣੇ ਨੇ ਉਹ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਦੇਣੇ। ਜੁੰਮਾ ਪੜ੍ਹ ਕੇ ਜਨਾਬੇ ਵਾਲੀ 2:30 ਆ ਗਏ ਸੀ ਘਰ, ਫਿਰ ਚਾਹ ਪਾਣੀ ਪੀਤਾ ਠੰਡਾ ਤੱਤਾ ਗਰਮ ਸਰਦ ਜੋ ਵੀ, ਅਤੇ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਂਦਿਆਂ ਨਾ 2:30 ਤੇ ਹੋ ਗਿਆ ਸਨ, ਜੁੰਮਾ ਪੜ੍ਹ ਕੇ ਆਉਂਦਿਆਂ ਦੁਪਹਿਰ ਦਾ ਖਾਣਾ ਖਾਂਦਿਆਂ 3:30 ਦਾ ਟਾਈਮ ਹੋ ਗਿਆ। ਜੁੰਮਾ ਪੜ੍ਹ ਕੇ ਆਣ ਕੇ ਨਾ ਨੀਂਦ ਬੜੀ ਆਈ ਸੀ, ਫਿਰ ਸੌਂ ਗਏ। ਪਿਛਲੀਆਂ ਵੀਡੀਓ ਤੁਸੀਂ ਸਾਰੀਆਂ ਦੇਖਿਆ ਨਾ, ਫੌਜੀ ਸਾਹਿਬ ਦਾ ਕੰਮ ਕਰਦੇ ਸੀ, ਰਾਤ ਹਨੇਰੇ ਹੋਏ ਆਈਦਾ ਸੀ ਵਾਪਸ, ਅਤੇ ਇਸ ਵਜ੍ਹਾ ਤੋਂ ਥਕਾਵਟ ਵੀ ਕਾਫੀ ਸੀ, ਨੀਂਦ ਵੀ ਨਹੀਂ ਸੀ ਪੂਰੀ ਹੈ, ਅਤੇ ਇਸ ਤੋਂ ਜੁੰਮਾ ਸੀ, ਸੁਬਹਾ ਵੀ ਲੇਟ ਉੱਠੇ ਸੀ,
ਤੇ ਜੁਮਾ ਪੜ੍ਹ ਕੇ ਆਣ ਕੇ ਵੀ ਬੜੀ ਨੀਂਦਰ ਆਈ, ਫਿਰ ਮੈਂ ਸੌਂ ਗਿਆ। ਫਿਰ ਉੱਠੇ ਜਨਾਬ ਮਗਰਬ ਟਾਈਮ ਲੱਗਿਆ ਜੀ ਖਾਣਾ ਖਾਣ ਸ਼ਾਮ ਦਾ, ਅਤੇ ਦੁਪਹਿਰ ਦਾ ਤਾਂ ਕੋਈ ਹਲਕਾ ਫੁਲਕਾ ਹੀ ਖਾਣਾ ਸੀ, ਫਿਰ ਇਸ ਤੋਂ ਮੈਂ ਕੋਈ ਵੀਡੀਓ 'ਚ ਨਹੀਂ ਦਿਖਾਇਆ। ਅਤੇ ਹੁਣ ਦੁਪਹਿਰ ਸ਼ਾਮ ਦੇ ਖਾਣੇ 'ਚ ਕੀ ਹੈ ਸਾਡੇ ਕੋਲ, ਤਹਿਵਾਂ ਵਾਲੀ ਬਿਰਿਆਨੀ, ਜਿਹਨੂੰ ਕਰਾਚੀ ਬਿਰਿਆਨੀ ਕਹਿ ਸਕਦੇ ਹੋ, ਤਹਿਵਾਂ ਵਾਲੀ ਕਹਿ ਸਕਦੇ ਹੋ, ਕਿਉਂਕਿ ਜੇ ਇਹਨਾਂ ਨੇ ਬਣਾਉਣੀ ਸੀ ਬਿਰਿਆਨੀ ਤਾਂ ਮੈਂ ਬੇਗਮ ਸਾਹਿਬਾਂ ਨੂੰ ਕਿਹਾ ਮੈਂ ਜਿੱਦਾਂ ਦੀ ਆਪਾਂ ਘਰ ਨਹੀਂ ਬਣਾ ਕੇ ਖਾਈਦੀ ਉੱਦਾਂ ਦੀ ਤੂੰ ਬਣਾ, ਤੂੰ ਆਪਣੇ ਹੱਥੀਂ ਬਣਾ ਦੇ। ਬੇਗਮ ਸਾਹਿਬਾਂ ਨੇ ਆਪਣੇ ਹੱਥੀਂ ਬਿਰਿਆਨੀ ਬਣਾਈ, ਅਤੇ ਹੁਣ ਉੱਠੀਏ ਥੋੜ੍ਹਾ ਜਿਹਾ ਮੂੰਹ ਹੱਥ ਧੋ ਕੇ ਫਰੈਸ਼ ਹੋ ਲਈਏ, ਹੱਥ ਮੂੰਹ ਧੋ ਕੇ ਖਾਣਾ ਖਾਈਏ। ਮਾਸ਼ਾਅੱਲਾ ਤਬਾਰਕ ਅੱਲਾ ਜਨਾਬੇ ਵਾਲੀ ਆਪਣੀ ਪਲੇਟ ਆਪਣੇ ਅੱਗੇ ਆ ਗਈ ਹੈ, ਬਿਸਮਿਲ੍ਲਾ ਪੜ੍ਹ ਕੇ ਸ਼ੁਰੂ ਕਰੀਏ ਅਤੇ ਵੇਖੀਏ ਬੇਗਮ ਸਾਹਿਬਾ ਸ਼ਾਬਾ ਕਿਸ ਦੀ ਕਿੰਨੀ ਕੁ ਹੱਕਦਾਰ ਹੈ, 100 ਦੇ ਵਿੱਚੋਂ 10% ਜਾਂ 90%, ਕਿਉਂਕਿ ਅੱਜ ਦਾ ਜਿਹੜਾ ਇਹਦਾ ਚਾਵਲਾਂ ਦਾ ਬਿਰਿਆਨੀ ਦਾ ਰੰਗ ਰੂਪ ਹੈ ਨਾ, ਇਹਨੇ ਹੋਰ ਤਰ੍ਹਾਂ ਦੇ ਬਣਾ ਛੱਡਿਆ। ਚਲੋ ਅੱਲਾ ਕਰੀਮ, ਬਿਸਮਿਲ੍ਲਾ ਰਹਿਮਾਨ ਰਹੀਮ। ਸਵਾਦ ਤਾਂ ਆਪਣਾ ਉੱਥੇ ਹੀ ਹੈ ਜਿੱਥੇ ਘਰ ਖਾਣ ਲੱਗਿਆ ਜਿਹੜਾ ਸਵਾਦ ਹੁੰਦਾ ਹੈ ਨਾ, ਉਹੀ ਹੈ। ਐਸ ਨੂੰ ਵਾਲੇ ਨਾਲ ਥੋੜ੍ਹਾ ਜਿਹਾ ਆਲੂ, ਆਲੂ ਵਿੱਚ ਸਗਲ ਸਕਦਾ ਹੈ ਸਹੀ, ਉਂਝ ਵਿੱਚੋਂ ਆਲੂ ਸਖਤ ਲੱਗਦਾ, ਗਲਿਆ ਪੂਰਾ ਹੀ ਹੈ। ਗੋਸ਼ਤ ਦੀ ਕੀ ਸਿਚੁਏਸ਼ਨ, ਇਹ ਵੀ ਗਲਿਆ ਕਿ ਨਹੀਂ? ਸਹੀ, ਇਹ ਵੀ ਗਲਿਆ ਹੀ ਹੈ। ਤਾਰੀਫ ਦੇ ਕਾਬਲ ਹੈ ਕਿ ਨਹੀਂ ਬੇਗਮ ਸਾਹਿਬਾ, ਇਹ ਮੈਂ ਕਿਹਾ ਯਾਰ ਮੇਰਾ ਦਿਲ ਕਰਦਾ ਕਿ ਆਹ ਜਿਹੜਾ ਨਾ ਮੈਂ ਇੱਕ ਸਾਈਡ 'ਤੇ ਕਰਕੇ ਨਾ ਐਨ ਵਾਲਾ ਇੱਕ ਮੈਂ ਇੱਦਾਂ ਬਣਾਵਾਂ ਅਤੇ ਉੱਤੇ ਆਹ ਪੁਦੀਨਾ ਸੁੱਟਾਂ। ਉਹ ਕੋ ਨਹੀਂ ਹੈਗਾ ਲੀਮੂ? ਚਲੋ ਜੀ ਕੋਈ ਗੱਲ ਨਹੀਂ, ਨਹੀਂ ਹੈ ਇੱਕ ਨਵਾਲਾ ਇਸ ਤਰ੍ਹਾਂ ਚੱਲੇ ਹੱਥ ਕੇ ਸਾਥ। ਇਹ ਹੋਈ ਨਾ ਬਾਤ ਅਸਲ ਖਾਣੇ ਕੀ। ਓਏ ਹੋਏ ਹੋਏ ਕੀ ਦੱਸੀਏ ਦੋਸਤੋ, ਪਹਿਲਾਂ ਬਿਰਿਆਨੀ ਸ਼ੁਰੂ 'ਚ ਖਾਣ ਲੱਗਿਆ ਬੜਾ ਹੀ ਮਜ਼ਾ ਆਇਆ ਅਲਹਮਦੁਲਿਲਾ, ਲੇਕਿਨ ਜਿਹੜੀਆਂ ਮਿਰਚਾਂ ਨਾ ਜਦੋਂ ਦਰਮਿਆਨ 'ਚ ਜਾ ਕੇ ਮਿਰਚਾਂ ਦਾ ਜ਼ੋਰ ਹੀ ਇਹਨਾਂ ਲੱਗ ਗਿਆ, ਬੜੀ ਮਿਰਚ ਲੱਗਣ ਡੀ, ਸਾਰੇ ਇਕੱਲੇ ਇਕੱਲੇ ਜੀਰੇ ਘਰ ਦੇ ਨਾ ਚੀਨੀ ਦਾ ਡੱਬਾ ਚੁੱਕੀ ਪੈਂਦਾ, ਫੱਕੇ ਮਾਰਦੇ ਪੈਂਦੇ ਚੀਨੀ ਦੇ ਘਰ ਦੀ। ਕਹਿੰਦੀ ਮਿਲਕ ਮਿਰਚ ਥੋੜ੍ਹੀ ਜਿਹੀ ਤੇਜ਼ ਹੋ ਗਈ, ਮੈਂ ਜਾ ਕੰਮ ਲਈਏ ਜੀ ਸਾਰਾ ਸਵਾਦ ਖਰਾਬ ਕਰ ਦਿੱਤਾ। ਹਾਂਜੀ ਦੋਸਤੋ, ਸੁਬਹਾ ਸੁਬਹਾ ਦਾ ਟਾਈਮ, ਨਾਸ਼ਤਾ ਕਰ ਲਿਆ, ਵਾਪਸ ਚੱਲਾਂ ਮੈਂ ਘਰ ਨੂੰ, ਅਤੇ ਘਰ ਚੱਲ ਕੇ ਕੰਮ 'ਤੇ ਵੀ ਜਾਣਾ, ਚਾਏ ਪੀ ਰਹੇ ਹਾਂ, ਚਾਏ ਪੀ ਕੇ ਅਤੇ ਵਾਪਸ ਨਿਕਲਣ ਲੱਗੇ ਹਾਂ। ਬੇਗਮ ਸਾਹਿਬਾ ਦੇ ਬੱਚੇ ਰਹਿੰਦੇ ਹੁਣ ਇੱਥੇ, ਵੇਖੋ ਕਿੰਨੇ ਦਿਨ ਰਹਿੰਦੇ ਨੇ, ਅਤੇ ਹਫ਼ਤਾ 15 ਦਿਨ ਤਾਂ ਰਹਿਣਦੇ ਨਾ, ਕੋਈ 10-15 ਦਿਨ 20 ਦਿਨ ਤਾਂ ਰਹਿਣਦੇ, ਅਤੇ ਕਹਿੰਦੇ ਹਨ ਕਿ ਚਲੋ ਅਸੀਂ ਰਹਿਣਾ। ਮੈਂ ਨਾ ਪਹਿਲਾਂ ਤਾਂ ਇਹਨਾਂ ਨਾਲ ਵਾਅਦਾ ਕੀਤਾ ਸੀ ਈਦੋਂ ਰਮਜ਼ਾਨ 'ਚ, ਮੈਂ ਕਿਹਾ ਕੋਈ ਅੱਛਾ ਚਲੋ ਸਹੀ ਹੈ ਠੀਕ ਹੈ ਰਹਿ ਆਇਓ ਜਾ ਕੇ, ਸਲਾਹ ਸੀ ਸਾਡੀ ਈਦ 'ਤੇ ਆਉਣ ਦੀ, ਈਦ 'ਤੇ ਆਉਣ ਕੇ ਫਿਰ ਇੱਥੇ ਛੱਡ ਜਾਣ ਦੀ। ਉਸ ਤੋਂ ਬਾਅਦ ਜਨਾਬ ਵਾਲੀ ਮੇਰੀਆਂ ਸਿਸਟਰਾਂ ਆ ਗਈਆਂ ਈਦੋਂ ਅਗਲੇ ਦਿਨ, ਅਤੇ ਫਿਰ ਅਸੀਂ ਆਏ ਸੀ ਇੱਥੇ ਚੱਕਰੀ ਲਾ ਕੇ ਚਲੇ ਗਏ ਸੀ, ਅਤੇ ਹੁਣ ਇੱਦਾਂ ਹੀ ਕਰਦਿਆਂ ਕਰਦਿਆਂ ਈਦ ਗਈ ਨੂੰ 15-20 ਦਿਨ ਹੋ ਗਏ ਨੇ, ਅਤੇ ਹੁਣ ਮੈਂ ਛੱਡਣ ਆਇਆ ਵਾਂ ਹੈ, ਅਤੇ ਚਲੋ ਕੋਈ ਨਹੀਂ ਖੈਰ ਆ, ਮਤਲਬ ਮੈਂ ਚਲੋ ਬੱਚੇ ਨੇ ਰਹਿ ਲੈਣ, ਬੇਗਮ ਹੈ ਉਹ ਵੀ ਕਹਿੰਦੀ ਮੇਰਾ ਦਿਲ ਉਦਾਸ ਹੈ, ਮੈਂ ਆਪਣੀ ਅੰਮੀ ਕਿਹਾ ਕੋ ਭੈਣਾਂ ਕਿਹਾ ਕੋ ਰਹਿਣਾ, ਅਤੇ ਮੈਂ ਕਿਹਾ ਚਲੋ ਠੀਕ ਹੋ ਗਿਆ ਰਹਿ ਲਓ, ਹੁਣ ਮੈਂ ਚਾਏ ਪੀ ਕੇ ਵਾਪਸ ਚੱਲਾਂ, ਅਤੇ ਵਾਪਸ ਚੱਲ ਕੇ ਕੰਮ ਸ਼ੁਰੂ ਕਰਨਾ। ਹਾਂਜੀ ਐਸ਼ਾ ਬੀਬੀ,
ਨਾਨੋ ਕੋਲ ਰਹਿਣਾ ਹੈ, ਆਸ਼ਾ ਨੇ ਤੇ ਆਸ਼ਾ ਦੇ ਭਈਏ ਨੇ ਹੁਣ ਨਾ ਨਾਨੋ ਦੇ ਕੋਲ ਰਹਿਣਾ, ਮੈਂ ਨਾ ਇਹਨਾਂ ਨੂੰ ਛੱਡ ਕੇ ਚੱਲਾਂ, ਬਾਏ ਬਾਏ ਕਰਦੇ ਆਸ਼ਾ, ਬਾਏ ਬਾਏ ਕਰਦੇ, ਇੱਦਾਂ ਇੱਦਾਂ ਬਾਏ ਕਰ, ਅੱਲਾ ਹਾਫਿਜ ਕਰਦੇ, ਅੱਲਾ ਹਾਫਿਜ ਕਰ ਪਾਪਾ ਨੂੰ, ਹਾਂ ਚਲੋ ਚੱਲੀਏ ਫਿਰ। ਜੀ ਦੋਸਤੋ ਘਰ ਪਹੁੰਚ ਆਏ, ਆਣ ਕੇ ਕੱਪੜੇ ਬਦਲ ਲਏ ਨੇ ਤੇ ਚੱਲੇ ਆ ਜਲਦੀ ਜਲਦੀ ਕੰਮ ਤੇ, ਉੱਥੇ ਆਧਾਰ ਜ਼ਰੂਰ ਲੈ ਲਈਏ, ਠੀਕ ਹੋ ਗਿਆ, ਫਿਰ ਮਿਲਦੇ ਆ ਤੁਹਾਡਾ ਇਨਸ਼ਾਅੱਲਾ ਅਗਲੇ ਵਲੌਗ 'ਚ। ਅਗਲੇ ਵਲੌਗ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਅਤੇ ਮੈਨੂੰ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।